ਕਿਵੇਂ ਇੱਕ ਸਧਾਰਨ ਪਰਿਵਾਰ ਦਾ ਮੁੰਡਾ ਪੰਜਾਬੀਆਂ ਦਾ ਲੋਕ ਨਾਇਕ ਬਣ ਗਿਆ ਤੇ ਉਸਦੀ ਦਲੇਰੀ ਨੂੰ ਦੇਖਦੇ ਹੋਏ ਲੋਕਾਂ ਨੇ ਨਾਮ ਦਿੱਤਾ ਅਰਜਨ ਵੈਲੀ। ਪੰਜਾਬ ਦੀ ਉਹ ਮਸ਼ਹੂਰ ਲੜਾਈ ਜੋ ਟਾਈਮ ਬੰਨ ਕੇ ਲੜੀ ਗਈ, ਜਿਸ ਨੂੰ ਵੇਖਣ ਲਈ ਲੋਕ ਦੂਰੋਂ ਦੂਰੋਂ ਪਹੁੰਚੇ ਤੇ ਜਿਸ ਦੇ ਚਰਚੇ ਅੱਜ ਵੀ ਲੋਕਾਂ ਵਿੱਚ ਹੁੰਦੇ ਨੇ। ਅਰਜਨ ਵੈਲੀ ਨੇ ਪੰਜਾਬ ਸੰਘਰਸ਼ ਸੂਬਾ ਮੋਰਚਾ ਵਿੱਚ ਵੀ ਹਿੱਸਾ ਲਿਆ, ਜਿਸ ਕਾਰਨ ਇਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਸੀ। ਫਿਰ ਬਾਲੀਵੁੱਡ ਨੇ ਲੱਭ ਹੀ ਲਿਆ ਪੰਜਾਬ ਦਾ ਗੁਮਨਾਮ ਹੀਰਾ, ਜਿਸ ਦੀ ਆਵਾਜ਼ ਅੱਜ ਦੁਨੀਆ ਦੇ ਕੋਨੇ ਕੋਨੇ ਵਿੱਚ ਗੂੰਜ ਰਹੀ ਹੈ। ਇੱਕ ਗਾਣੇ ਨੂੰ ਅੱਜ ਕੱਲ੍ਹ ਤੁਸੀਂ ਟੀਵੀ ਜਾਂ ਫੋਨ 'ਤੇ ਚੱਲਦਾ ਜ਼ਰੂਰ ਸੁਣਿਆ ਹੋਵੇਗਾ, ਜਿਸ ਨੇ ਬਾਲੀਵੁੱਡ ਮਿਊਜ਼ਿਕ ਵਿੱਚ ਇੱਕ ਅਜਿਹਾ ਮੀਲ ਪੱਥਰ ਗੱਡਿਆ ਹੈ ਜਿਸ ਨੂੰ ਤੋੜਨਾ ਫਿਲਹਾਲ ਮੁਸ਼ਕਿਲ ਲੱਗ ਰਿਹਾ, ਕਿਉਂਕਿ ਇੱਕ ਦਿਨ ਵਿੱਚ ਹੀ ਰਿਲੀਜ਼ ਹੁੰਦੇ ਸਾਰ ਇਸ ਗਾਣੇ ਨੂੰ 45 ਲੱਖ ਲੋਕਾਂ ਨੇ ਸੁਣਿਆ ਤੇ ਦੂਜੇ ਦਿਨ ਇਹ ਗਾਣਾ ਯੂਟਿਊਬ ਦੀ ਟ੍ਰੈਂਡਿੰਗ ਲਿਸਟ ਵਿੱਚ ਨੰਬਰ 1 ਤੇ ਪਹੁੰਚ ਗਿਆ ਤੇ ਇੱਕ ਹਫ਼ਤੇ ਵਿੱਚ ਇਸ ਗਾਣੇ ਨੂੰ ਲਗਭਗ 20 ਮਿਲੀਅਨ ਜਾਣੀ ਕਿ 2 ਕਰੋੜ ਲੋਕ ਸੁਣ ਚੁੱਕੇ ਹਨ। ਕਿਵੇਂ ਇਸ ਗਾਣੇ ਦੀ ਦਿਨਾਂ ਵਿੱਚ ਹੀ ਇੰਨੀ ਚੜ੍ਹਾਈ ਹੋ ਗਈ? ਇਸ ਗਾਣੇ ਵਿੱਚ ਜਿਸ ਕਿਰਦਾਰ ਦੀ ਗੱਲ ਕੀਤੀ ਗਈ ਹੈ, ਕੌਣ ਸੀ ਅਰਜਨ ਵੈਲੀ ਤੇ ਕਿਵੇਂ ਬਾਲੀਵੁੱਡ ਵਾਲਿਆਂ ਨੇ ਅਰਜਨ ਵੈਲੀ ਗਾਣਾ ਗਾਉਣ ਵਾਲੇ ਪੰਜਾਬ ਦੇ ਗੁਮਨਾਮ ਹੀਰੇ ਭੁਪਿੰਦਰ ਬੱਬਲ ਨੂੰ ਲੱਭਿਆ, ਇਹ ਸਭ ਕੁਝ ਇਸ ਵੀਡੀਓ ਵਿੱਚ। ਪਹਿਲਾਂ ਗੱਲ ਕਰਦੇ ਹਾਂ ਉਸ ਨਾਮ ਦੀ ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ, ਉਹ ਨਾਮ ਹੈ ਅਰਜਨ ਵੈਲੀ। ਕੌਣ ਸੀ ਅਰਜਨ ਸਿੰਘ? ਕਿਵੇਂ ਵੈਲੀ ਸ਼ਬਦ ਇੱਕ ਸਧਾਰਨ ਜਿਹੇ ਮੁੰਡੇ ਨਾਲ ਪੱਕੇ ਤੌਰ ਤੇ ਜੁੜ ਗਿਆ? ਅੱਜ ਇਸ ਬਾਰੇ ਦੱਸਾਂਗੇ। ਅਕਸਰ ਪੰਜਾਬੀ ਗਾਣਿਆਂ ਜਾਂ ਫਿਲਮਾਂ ਵਿੱਚ ਵੈਲੀ ਸ਼ਬਦ ਆਮ ਵਰਤੋਂ ਵਿੱਚ ਆਉਂਦਾ ਹੈ, ਜਿਸ ਨੂੰ ਅੰਗਰੇਜ਼ੀ ਵਿੱਚ ਗੈਂਗਸਟਰ ਟਾਈਪ ਬੰਦਾ ਵੀ ਆਪਾਂ ਕਹਿ ਸਕਦੇ ਹਾਂ, ਜੋ ਕਿ ਗੰਨ ਲੈ ਕੇ ਘੁੰਮਦਾ ਹੈ, ਕਬਜ਼ੇ ਲੈਂਦਾ ਹੈ, ਨਸ਼ੇ ਕਰਦਾ ਹੈ। ਜ਼ਰੂਰੀ ਨਹੀਂ ਹੁੰਦਾ ਕਿ ਜਿਸ ਦੇ ਨਾਮ ਨਾਲ ਬੈਲੀ ਸ਼ਬਦ ਲੱਗਿਆ ਹੈ ਉਹ ਇਨਸਾਨ ਮਾੜਾ ਹੀ ਹੋਵੇ। ਏਦਾਂ ਦਾ ਇੱਕ ਬੰਦਾ ਸੀ ਅਰਜਨ ਸਿੰਘ। ਪੰਜਾਬ ਦੀ ਧਰਤੀ ਨੇ ਕਈ ਬਹਾਦਰ ਸੂਰਮਿਆਂ ਤੇ ਸੂਰਬੀਰਾਂ ਨੂੰ ਜਨਮ ਦਿੱਤਾ ਹੈ, ਜਿਨ੍ਹਾਂ ਵਿੱਚ ਸੁੱਚਾ ਸੂਰਮਾ, ਜੂਣਾ ਮੌੜ, ਜੱਗਾ ਡਾਕੂ ਦੇ ਨਾਮ ਨਾਲ ਆਪਾਂ ਸਾਰੇ ਜਾਣੂ ਹਾਂ। ਪਰ ਅਰਜਨ ਵੈਲੀ ਬਾਰੇ ਬਾਲੀਵੁੱਡ ਨੇ ਇੱਕ ਗਾਣੇ ਵਿੱਚ ਜ਼ਿਕਰ ਕਰਕੇ ਇੱਕ ਹੋਰ ਸੂਰਮੇ ਬਾਰੇ ਚਰਚਾ ਛੇੜ ਦਿੱਤੀ ਹੈ। ਬੇਸ਼ੱਕ ਅਰਜਨ ਵੈਲੀ ਦਾ ਜ਼ਿਕਰ ਪਹਿਲਾਂ ਬਹੁਤ ਘੱਟ ਗਾਣਿਆਂ ਜਾਂ ਫਿਲਮਾਂ ਵਿੱਚ ਹੋਇਆ, ਪਰ ਜਿੰਨੀ ਚਰਚਾ ਐਨੀਮਲ ਫਿਲਮ ਦੇ ਗਾਣੇ ਅਰਜਨ ਵੈਲੀ ਨੇ ਕਰਵਾਈ ਉਨੀ ਕਦੇ ਨਹੀਂ ਹੋਈ। ਪੂਰੇ ਭਾਰਤ ਵਿੱਚ ਭੁਪਿੰਦਰ ਬੱਬਲ ਦੇ ਗਾਏ ਇਸ ਠੇਠ ਪੰਜਾਬੀ ਗੀਤ ਦੀਆਂ ਪੂਰੀਆਂ ਧੂਮਾਂ ਪਈਆਂ ਹੋਈਆਂ ਹਨ। ਇਸ ਤੋਂ ਪਹਿਲਾਂ ਅਰਜਨ ਵੈਲੀ ਦਾ ਜ਼ਿਕਰ ਕਈ ਪੰਜਾਬੀ ਫਿਲਮ ਪੁੱਤ ਜੱਟਾਂ ਦੇ ਗੀਤ ਵਿੱਚ ਵੀ ਸੁਣਨ ਨੂੰ ਮਿਲਿਆ ਸੀ। ਆਖਿਰ ਕੌਣ ਸੀ ਇਹ ਅਰਜਨ ਵੈਲੀ ਤੇ ਇੱਕ ਸਧਾਰਨ ਮੁੰਡੇ ਨਾਲ ਵੈਲੀ ਸ਼ਬਦ ਕਿਵੇਂ ਜੁੜਿਆ? ਆਓ ਜਾਣਦੇ ਹਾਂ। ਅਰਜਨ ਦਾ ਜਨਮ ਇੱਕ ਅੰਦਾਜ਼ੇ ਮੁਤਾਬਕ 1876 ਦੇ ਨੇੜੇ ਤੇੜੇ ਲੁਧਿਆਣੇ ਜ਼ਿਲ੍ਹੇ ਵਿੱਚ ਪੈਂਦੇ ਵਿਰਕ ਕਬੀਲੇ ਦੇ ਪਿੰਡ ਰੁੜਕਾ ਵਿਖੇ ਹੋਇਆ ਸੀ। ਅਰਜਨ 6 ਫੁੱਟ ਦਾ ਜਵਾਨ ਗੱਭਰੂ ਸੀ ਤੇ ਕਿਸੇ ਦੀ ਧੌਂਸ ਨਹੀਂ ਸੀ ਮੰਨਦਾ। ਹੱਥ ਵਿੱਚ ਲੰਬੀ ਡਾਂਗ ਜਾਂ ਗੰਡਾਸਾ ਰੱਖਣ ਦਾ ਸ਼ੌਕੀਨ ਸੀ ਅਤੇ ਅਰਜਨ 3 ਭਰਾਵਾਂ ਵਿੱਚੋਂ ਵਿਚਕਾਰਲਾ ਭਰਾ ਸੀ, ਜੋ ਕਿ ਬੱਕਰੀਆਂ ਦਾ ਵਪਾਰ ਕਰਦੇ ਸਨ ਅਤੇ ਲੁਧਿਆਣੇ ਦੇ ਨੇੜਲੇ ਇਲਾਕਿਆਂ ਵਿੱਚ ਬੱਕਰੀਆਂ ਵੇਚਦੇ ਸਨ। ਇੱਕ ਸ਼ਾਮ ਜਦੋਂ ਇਹ ਵਪਾਰ ਕਰਨ ਲੁਧਿਆਣੇ ਜ਼ਿਲ੍ਹੇ ਦੇ ਕਸਬੇ ਡੇਲੋਂ ਵਿੱਚ ਗਏ ਤਾਂ ਉੱਥੋਂ ਦੇ ਕੁਝ ਬੰਦਿਆਂ ਨੇ ਇਹਨਾਂ ਨੂੰ ਘੇਰ ਲਿਆ, ਜਿਨ੍ਹਾਂ ਦਾ ਕੰਮ ਆਉਂਦੇ ਜਾਂਦੇ ਰਾਹਗੀਰਾਂ ਨੂੰ ਘੇਰ ਕੇ ਉਹਨਾਂ ਦਾ ਸਮਾਨ ਲੁੱਟਣਾ ਸੀ ਅਤੇ ਆਪਣੀ ਬਦਮਾਸ਼ੀ ਦੇ ਜ਼ੋਰ ਉਹ ਪਿੰਡ ਵਾਲਿਆਂ ਵਾਲ ਨਾਲ ਵੀ ਧੱਕਾ ਕਰਦੇ ਸਨ। ਜਦੋਂ ਅਰਜਨ ਤੇ ਇਸ ਦੇ ਭਰਾ ਨੇ ਉਹਨਾਂ ਬਦਮਾਸ਼ੀਆਂ ਨੂੰ ਇੰਝ ਕਰਨ ਤੋਂ ਰੋਕਿਆ ਤਾਂ ਉਹਨਾਂ ਨੇ ਅੱਗੇ ਆਪਣੀ ਬਦਮਾਸ਼ੀ ਦਿਖਾਉਣੀ ਸ਼ੁਰੂ ਕਰ ਦਿੱਤੀ ਅਤੇ ਉਹ ਨਾ ਮੰਨੇ ਤੇ ਇਹਨਾਂ ਤੇ ਆਪਣਾ ਰੋਹਬ ਦਿਖਾਉਣ ਲੱਗੇ ਤਾਂ ਅਰਜਨ ਨੇ ਆਪਣੇ ਭਰਾ ਸਵਰਨ ਸਿੰਘ ਨਾਲ ਮਿਲ ਕੇ ਉਹਨਾਂ ਤੇ ਅਜਿਹੀ ਡਾਂਗ ਫੇਰੀ ਕਿ ਉਹਨਾਂ ਨੂੰ ਭੱਜਣ ਲਈ ਵੀ ਰਾਹ ਨਹੀਂ ਮਿਲਿਆ ਅਤੇ ਇਹਨਾਂ ਦੋਵਾਂ ਨੇ ਕੁੱਟ-ਕੁੱਟ ਕੇ ਦਰਜਨਾਂ ਬਦਮਾਸ਼ੀਆਂ ਦਾ ਢੇਰ ਲਾ ਦਿੱਤਾ। ਜਦੋਂ ਪਿੰਡ ਵਿੱਚ ਇਹ ਖਬਰ ਪਹੁੰਚੀ ਕਿ 2 ਨੌਜਵਾਨਾਂ ਨੇ ਪਿੰਡ ਦੇ ਬਦਮਾਸ਼ਾਂ ਨੂੰ ਕੁੱਟਿਆ ਹੈ ਅਤੇ ਉਹਨਾਂ ਦਾ ਢੇਰ ਲਾ ਦਿੱਤਾ ਹੈ ਤਾਂ ਪਿੰਡ ਵਾਲੇ ਬਹੁਤ ਜ਼ਿਆਦਾ ਸੁਖਾਲੇ ਹੋਏ ਤਾਂ ਉਹਨਾਂ ਨੇ ਇਹਨਾਂ ਦੋਵਾਂ ਭਰਾਵਾਂ ਦਾ ਸ਼ੁਕਰੀਆ ਅਦਾ ਕੀਤਾ, ਕਿਉਂਕਿ ਇਹ ਸਾਰੇ ਵੀ ਇਹਨਾਂ ਪਿੰਡ ਦੇ ਬਦਮਾਸ਼ਾਂ ਤੋਂ ਬਹੁਤ ਦੁਖੀ ਸਨ। ਪਰ ਉਹਨਾਂ ਅੱਗੇ ਇਹ ਬੋਲਦੇ ਨਹੀਂ ਸਨ ਕਿ ਇਹ ਬਦਮਾਸ਼ ਧੱਕਾ ਕਰਦੇ, ਆਉਂਦੇ ਜਾਂਦੇ ਰਾਹਗੀਰ ਅਤੇ ਪਿੰਡ ਵਾਲਿਆਂ ਨੂੰ ਵੀ ਲੁੱਟਣ ਤੋਂ ਗੁਰੇਜ਼ ਨਹੀਂ ਸਨ ਕਰਦੇ। ਇਸ ਤੋਂ ਬਾਅਦ ਡੇਲੋਂ ਪਿੰਡ ਵਾਲਿਆਂ ਨੇ ਅਰਜਨ ਨੂੰ ਵੈਲੀ ਨਾਮ ਦਿੱਤਾ। ਉਹਨਾਂ ਦੋਵਾਂ ਭਰਾਵਾਂ ਨੂੰ ਪਿੰਡ ਵਾਲਿਆਂ ਨੇ ਆਪਣੇ ਘਰੇ ਬੁਲਾ ਕੇ ਲੰਗਰ ਛਕਾਇਆ ਅਤੇ ਅਨੇਕਾਂ ਉਪਹਾਰ ਦੇ ਕੇ ਪਿੰਡ ਵਿੱਚੋਂ ਵਿਦਾ ਕੀਤਾ। ਇਹ ਵੀ ਸੁਣਨ ਵਿੱਚ ਆਉਂਦਾ ਹੈ ਕਿ 1947 ਦੀ ਪਾਕਿਸਤਾਨ ਤੇ ਭਾਰਤ ਦੀ ਵੰਡ ਸਮੇਂ ਅਰਜਨ ਵੈਲੀ ਨੇ ਆਪਣੇ ਪਿੰਡ ਦੇ ਮੁਸਲਮਾਨਾਂ ਨੂੰ ਮਲੇਰਕੋਟਲੇ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਸੀ, ਜਿਸ ਤੋਂ ਖੁਸ਼ ਹੋ ਕੇ ਮੁਸਲਮਾਨ ਪਿੰਡ ਵਾਲਿਆਂ ਨੇ ਅਰਜਨ ਨੂੰ ਆਪਣੇ ਘਰਾਂ ਵਿੱਚ ਪਿਆ ਸਮਾਨ ਆਪਣੇ ਘਰ ਲੈ ਕੇ ਜਾਣ ਲਈ ਕਿਹਾ। ਪਰ ਅਰਜਨ ਨੇ ਸਾਫ਼ ਮਨਾ ਕਰ ਦਿੱਤਾ ਤੇ ਕਿਹਾ ਕਿ ਮੈਂ ਤੁਹਾਡਾ ਇਹ ਸਮਾਨ ਆਪਣੇ ਘਰ ਨਹੀਂ ਲੈ ਕੇ ਜਾ ਸਕਦਾ, ਜਿਸ ਨੇ ਲੈ ਕੇ ਜਾਣਾ ਹੋਇਆ ਉਹ ਲੈ ਜਾਏਗਾ। ਪਰ ਆਪਣੇ ਦੋਸਤ ਰੱਲਾ ਖਾਨ ਤੇਲੀ ਦੇ ਜ਼ੋਰ ਪਾਉਣ ਤੇ ਉਹਨਾਂ ਦਾ ਸੋਨਾ ਚਾਂਦੀ ਅਰਜਨ ਨੇ ਆਪਣੇ ਕੋਲ ਹਿਫਾਜ਼ਤ ਵਜੋਂ ਰੱਖ ਲਿਆ ਸੀ, ਜਿਸ ਨੂੰ ਕਿ ਬਾਅਦ ਵਿੱਚ ਉਸਦਾ ਮੁੰਡਾ ਸਰਦਾਰ ਖਾਨ ਆ ਕੇ ਲੈ ਗਿਆ ਸੀ। ਇੱਥੋਂ ਪਤਾ ਲੱਗਦਾ ਹੈ ਕਿ ਕਿੰਨੇ ਉੱਚੇ ਤੇ ਸੁੱਚੇ ਕਿਰਦਾਰਾਂ ਦੇ ਮਾਲਕ ਸਨ, ਜਿਨ੍ਹਾਂ ਦੇ ਨਾਮ ਦੇ ਅੱਜ ਗਾਣੇ ਬਣ ਰਹੇ ਹਨ।
ਕਹਿੰਦੇ ਨੇ ਅਰਜਨ ਵੈਲੀ ਬਾਅਦ ਵਿੱਚ ਅੰਮ੍ਰਿਤਧਾਰੀ ਹੋ ਗਿਆ ਸੀ ਤੇ ਪੰਜਾਬੀ ਸੂਬੇ ਮੋਰਚੇ ਵੇਲੇ ਫਿਰੋਜ਼ਪੁਰ ਵਿਖੇ ਜੇਲ੍ਹ ਵੀ ਕੱਟੀ ਸੀ। ਪੰਜਾਬ ਸਰਕਾਰ ਨੇ ਉਹਨਾਂ ਦੀਆਂ ਸੇਵਾਵਾਂ ਲਈ ਤਾਬਰ ਪੱਤਰ ਦੇ ਕੇ ਸਨਮਾਨਿਤ ਕੀਤਾ। ਲੋਕ ਭਲਾਈ ਲਈ ਪਿੰਡ ਵਿੱਚ ਅੱਗੇ ਵੱਧ ਕੇ ਅਰਜਨ ਨੇ ਕੰਮ ਕੀਤੇ ਤੇ ਉਹ ਸ਼ਬਦ ਗਾਇਨ ਕਰਦਿਆਂ ਹੋਏ ਛੋਟੇ ਬੱਚਿਆਂ ਨੂੰ ਰਿਉੜੀਆਂ ਵੀ ਬਣਦਾ ਹੁੰਦਾ ਸੀ। ਉਹਨਾਂ ਦੇ ਇਸ ਸੁਭਾਅ ਕਰਕੇ ਹੁਣ ਲੋਕ ਉਹਨਾਂ ਨੂੰ ਅਰਜਨ ਵੈਲੀ ਤੋਂ ਅਰਜਨ ਬਾਬਾ ਕਹਿਣ ਲੱਗ ਗਏ ਸਨ ਅਤੇ 1968 ਵਿੱਚ ਉਹਨਾਂ ਨੇ ਆਪਣੇ ਆਖਰੀ ਸਾਹ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਲਏ ਅਤੇ 1968 ਵਿੱਚ ਪੰਜਾਬ ਦਾ ਇਹ ਸੂਰਮਾ ਸਾਡੇ ਤੋਂ ਸਦਾ ਲਈ ਦੂਰ ਹੋ ਗਿਆ। ਤੇ ਹੁਣ ਗੱਲ ਕਰਦਿਆਂ ਉਸ ਜਗਤ ਪ੍ਰਸਿੱਧ ਲੜਾਈ ਦੀ ਜਿਸ ਦਾ ਜ਼ਿਕਰ ਪਹਿਲਾਂ ਪੁੱਤ ਜੱਟਾਂ ਦੇ ਫਿਲਮ ਵਿੱਚ ਹੋਇਆ ਤੇ ਹੁਣ ਐਨੀਮਲ ਫਿਲਮ ਵਿੱਚ। ਉਹ ਲੜਾਈ ਜਗਰਾਵਾਂ ਵਿਖੇ ਰੋਸ਼ਨੀਆਂ ਦੇ ਮੇਲੇ ਤੇ ਹੋਈ ਸੀ ਜੋ ਕਿ ਪੰਜਾਬ ਦਾ ਮਸ਼ਹੂਰ ਮੇਲਾ ਹੈ। ਦੱਸਿਆ ਜਾਂਦਾ ਹੈ ਕਿ ਇਹ ਲੜਾਈ ਮਿੱਥ ਕੇ ਹੋਈ ਸੀ, ਮਤਲਬ ਕਿ ਟਾਈਮ ਬੰਨ ਕੇ ਹੋਈ ਸੀ, ਜਿਸ ਵਿੱਚ ਅਰਜਨ ਵੈਲੀ ਨੇ ਆਪਣੇ ਦੋ ਦੋਸਤ ਮੋਦਨ ਕੌਂਕਿਆਂ ਵਾਲਿਆਂ ਤੇ ਮੁਨੀਸ਼ ਡਾਂਗੋ ਨਾਲ ਰਲ ਪੂਰੀ ਪੰਡੋਰੀ ਪਿੰਡ ਦੇ ਵੈਲੀਆਂ ਨੂੰ ਕੁੱਟਿਆ ਸੀ। ਇਹ ਲੜਾਈ ਮਿੱਥ ਕੇ ਹੋਈ ਸੀ ਜਿਸ ਕਾਰਨ ਇਸ ਲੜਾਈ ਨੂੰ ਦੇਖਣ ਲਈ ਬਹੁਤ ਜ਼ਿਆਦਾ ਇਕੱਠ ਉਮੜਿਆ ਸੀ ਤੇ ਮੇਲੇ ਵਿੱਚ ਆਏ ਲੋਕ ਲੜਾਈ ਦੇਖਣ ਲਈ ਉਤਾਵਲੇ ਸਨ ਤੇ ਇਸ ਲੜਾਈ ਦੀ ਚਰਚਾ ਇਸ ਕਰਕੇ ਜ਼ਿਆਦਾ ਹੋਈ ਸੀ, ਤਿੰਨ ਬੰਦਿਆਂ ਨੇ ਪੂਰੀ ਪੰਡੋਰੀ ਪਿੰਡ ਦੇ ਵੈਲੀਆਂ ਨੂੰ ਕੁੱਟਿਆ ਅਤੇ ਭਜਾ ਦਿੱਤਾ। ਪਰ ਇੱਥੇ ਤਾਰੀਫ ਕਰਨੀ ਬਣਦੀ ਹੈ ਫਿਲਮ ਦੇ ਡਾਇਰੈਕਟਰ ਸੰਦੀਪ ਰੈਡੀ ਵੰਗਾ ਦੀ, ਜੋ ਕਿ ਸਾਊਥ ਫਿਲਮਾਂ ਦੇ ਡਾਇਰੈਕਟਰ ਨੇ। ਉਹਨਾਂ ਨੇ ਬਾਲੀਵੁੱਡ ਮੂਵੀ ਲਈ ਇੱਕ ਪੰਜਾਬੀ ਗਾਣੇ ਨੂੰ ਚੁਣਿਆ ਜੋ ਕਿ ਬਿਲਕੁਲ ਪਿਓਰ ਪੰਜਾਬੀ ਗਾਣਾ ਹੈ ਅਤੇ ਉਸ ਕਿਰਦਾਰ ਨੂੰ ਚੁਣਿਆ ਜੋ ਕਿ ਪੰਜਾਬੀਆਂ ਦਾ ਲੋਕ ਨਾਇਕ ਰਿਹਾ ਹੈ ਤੇ ਸਭ ਤੋਂ ਵੱਡੀ ਗੱਲ ਉਸ ਆਵਾਜ਼ ਨੂੰ ਸੁਣਿਆ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਹਿੱਟ ਗਾਣੇ ਦਿੱਤੇ ਨੇ। ਪਰ ਕਿਤੇ ਨਾ ਕਿਤੇ ਹੁਣ ਉਹ ਆਵਾਜ਼ ਖੋ ਚੁੱਕੀ ਸੀ ਤੇ ਭੁਪਿੰਦਰ ਬੱਬਲ ਦੀ ਮੁੜ ਤੋਂ ਆਵਾਜ਼ ਨੂੰ ਸੁਰਜੀਤ ਕੀਤਾ ਹੈ। ਤੋਂ ਪਹਿਲਾਂ ਜਿਵੇਂ ਦੱਸਿਆ ਗਿਆ ਹੈ, ਅਰਜਨ ਵੈਲੀ ਦਾ ਜ਼ਿਕਰ ਸਿਰਫ ਪੰਜਾਬੀ ਬੋਲੀਆਂ ਜਾਂ ਇੱਕ ਅੱਧੀ ਫਿਲਮ ਵਿੱਚ ਹੀ ਹੋਇਆ ਸੀ, ਪਰ ਪੂਰੇ ਦਾ ਪੂਰਾ ਇੱਕ ਪੰਜਾਬੀ ਗਾਣਾ, ਉਹ ਵੀ ਬਾਲੀਵੁੱਡ ਦੀ ਇੱਕ ਵੱਡੇ ਬਜਟ ਦੀ ਫਿਲਮ ਵਿੱਚ, ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ। ਤੇ ਹੁਣ ਗੱਲ ਕਰਦੇ ਹਾਂ ਉਸ ਗਾਇਕ ਦੀ ਜਿਨ੍ਹਾਂ ਨੇ ਆਪਣੀ ਦਮਦਾਰ ਆਵਾਜ਼ ਨਾਲ ਇਸ ਗਾਣੇ ਨੂੰ ਚਾਰ ਚੰਨ ਲਾਏ ਨੇ, ਭੁਪਿੰਦਰ ਬੱਬਲ। ਬੇਸ਼ੱਕ ਨਵੀਂ ਪੀੜ੍ਹੀ ਭੁਪਿੰਦਰ ਬੱਬਲ ਦੇ ਨਾਮ ਨਾਲ ਨਾ ਜਾਣੂ ਹੋਵੇ, ਪਰ ਭੁਪਿੰਦਰ ਬੱਬਲ ਇੱਕ ਅਜਿਹੇ ਗਾਇਕ ਨੇ ਜਿਨ੍ਹਾਂ ਦੀ ਫੋਕ ਵੋਕਲ ਨੇ ਪੰਜਾਬੀਆਂ ਨੂੰ ਬਹੁਤ ਮਸ਼ਹੂਰ ਗਾਣੇ ਦਿੱਤੇ ਨੇ। ਤੇ ਪੰਜਾਬ ਦੇ ਨਾਮਵਾਰ ਗਾਇਕ ਬੱਬੂ ਮਾਨ ਨੇ ਭੁਪਿੰਦਰ ਬੱਬਲ ਬਾਰੇ ਇੱਕ ਲਾਈਵ ਸ਼ੋਅ ਵਿੱਚ ਜ਼ਿਕਰ ਵੀ ਕੀਤਾ ਸੀ। ਉਹ ਵੀ ਭੁਪਿੰਦਰ ਬੱਬਲ ਦੇ ਗਾਣੇ ਅਕਸਰ ਸੁਣਦੇ ਰਹਿੰਦੇ ਹਨ। ਪਰ ਜਦੋਂ ਅਸੀਂ ਚੰਡੀਗੜ੍ਹ ਆਏ ਸੀ ਉਦੋਂ ਭੁਪਿੰਦਰ ਬੱਬਲ ਬਾਈ ਸੁਰਜੀਤ ਬਿੰਦ ਰੱਖਿਆ ਤੇ ਉਦੋਂ ਬਾਈ ਨੂੰ ਸੁਣਦੇ ਹੁੰਦੇ ਸੀ। ਅਤੇ ਹੋਰ ਵੀ ਕਈ ਪੰਜਾਬੀ ਸਿੰਗਰਾਂ ਨੇ ਆਪਣੇ ਲਾਈਵ ਸ਼ੋਹਾਂ ਵਿੱਚ ਅਰਜਨ ਵੈਲੀ ਗਾਣਾ ਗਾਇਆ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਭੁਪਿੰਦਰ ਬੱਬਲ ਦਾ ਗਾਇਆ ਇਹ ਗਾਣਾ ਕਿੰਨਾ ਮਸ਼ਹੂਰ ਹੋ ਚੁੱਕਿਆ ਹੈ। ਪਰ ਇੱਕ ਵਾਰ ਫਿਰ ਤੋਂ ਤਾਰੀਫ ਕਰਨੀ ਬਣਦੀ ਹੈ ਡਾਇਰੈਕਟਰ ਸੰਦੀਪ ਰੈਡੀ ਵੰਗਾ ਦੀ ਅਤੇ ਉਹਨਾਂ ਦੀ ਸਾਰੀ ਟੀਮ ਦੀ, ਜਿਨ੍ਹਾਂ ਨੇ ਪੰਜਾਬ ਦੇ ਹੀਰੇ ਨੂੰ ਲੱਭਿਆ ਅਤੇ ਐਡਾ ਵੱਡਾ ਪਲੇਟਫਾਰਮ ਦਿੱਤਾ ਕਿ ਭੁਪਿੰਦਰ ਬੱਬਲ ਦੀ ਆਵਾਜ਼ ਨੂੰ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚਾ ਦਿੱਤਾ। ਤੇ ਜੇ ਭੁਪਿੰਦਰ ਬੱਬਲ ਦੀ ਗੱਲ ਕਰੀਏ, ਭੁਪਿੰਦਰ ਬੱਬਲ ਦਾ ਜਨਮ ਨਿਹੋਲਕਾ ਪਿੰਡ ਨੇੜੇ ਕੁਰਾਲੀ ਜ਼ਿਲ੍ਹਾ ਰੋਪੜ ਵਿਖੇ ਹੋਇਆ ਸੀ, ਪਰ ਮੋਹਾਲੀ ਜ਼ਿਲ੍ਹਾ ਬਣਨ ਤੋਂ ਬਾਅਦ ਨਿਹੋਲਕਾ ਪਿੰਡ ਮੋਹਾਲੀ ਜ਼ਿਲ੍ਹੇ ਵਿੱਚ ਆ ਗਿਆ ਅਤੇ ਨਿਹੋਲਕਾ ਪਿੰਡ ਇਸ ਤੋਂ ਪਹਿਲਾਂ ਵੀ ਹਾਕੀ ਖਿਡਾਰੀ ਹਰਜੀਤ ਦੇ ਨਾਮ ਤੋਂ ਮਸ਼ਹੂਰ ਹੋ ਚੁੱਕਿਆ, ਜਿਨ੍ਹਾਂ ਦੀ ਕਪਤਾਨੀ ਵਿੱਚ ਭਾਰਤ ਨੇ ਜੂਨੀਅਰ ਹਾਕੀ ਵਰਲਡ ਕੱਪ ਜਿੱਤਿਆ ਸੀ, ਜਿਨ੍ਹਾਂ ਤੇ ਇੱਕ ਪੰਜਾਬੀ ਫਿਲਮ ਹਰਜੀਤਾ ਵੀ ਬਣ ਚੁੱਕੀ ਹੈ, ਜਿਸ ਵਿੱਚ ਹਰਜੀਤ ਦਾ ਕਿਰਦਾਰ ਐਮੀ ਵਿਰਕ ਨੇ ਨਿਭਾਇਆ ਸੀ। ਅਤੇ ਇਸ ਗਾਣੇ ਵਿੱਚ ਰਣਵੀਰ ਕਪੂਰ ਨੇ ਭੁਪਿੰਦਰ ਬੱਬਲ ਦੀ ਆਵਾਜ਼ ਅਤੇ ਮਨਨ ਭਰਤਵਾਜ ਦੇ ਮਿਊਜ਼ਿਕ ਵਿੱਚ ਪਹਿਲੀ ਵਾਰ ਸਿੱਖ ਮਾਡਲਾਂ ਦੇ ਨਾਲ ਇਸ ਗਾਣੇ ਨੂੰ ਸ਼ੂਟ ਕੀਤਾ ਹੈ, ਜਿਸ ਨੂੰ ਕਿ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਅਤੇ ਅਖੀਰ ਵਿੱਚ ਅਸੀਂ ਤਾਂ ਇਹੀ ਉਮੀਦ ਕਰਦੇ ਹਾਂ ਕਿ ਏਦਾਂ ਹੀ ਪੰਜਾਬ ਦੇ ਸੂਰਮਿਆਂ ਤੇ ਫਿਲਮਾਂ ਤੇ ਗਾਣੇ ਬਣਦੇ ਰਹਿਣਗੇ ਤੇ ਦੁਨੀਆਂ ਦੇ ਕੋਨੇ ਕੋਨੇ ਤੱਕ ਪੰਜਾਬੀਆਂ ਦੇ ਬਹਾਦਰੀ ਦੇ ਕਿੱਸੇ ਪਹੁੰਚਦੇ ਰਹਿਣਗੇ। ਧੰਨਵਾਦ। ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਜ਼ਰੂਰ ਦੱਸਿਓ ਤੇ ਏਦਾਂ ਦੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਜਿੱਤਾਂਗੇ ਜ਼ਰੂਰ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੀ। ਧੰਨਵਾਦ।